ਦੂਜਾ ਇੱਕ ਹੋਰ ਚਰਚਾ ਦਾ ਵਿਸ਼ਾ ਰਿਹਾ ਕੱਲ ਉਹ ਸੀ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹੋਰ ਪੁਲਿਸ ਅਧਿਕਾਰੀਆਂ ਸਮੇਤ ਕਈ ਲੋਕਾਂ ਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ੀ। ਉਸ ਪੇਸ਼ੀ ਦੇ ਮੌਕੇ ਦੇ ਉੱਤੇ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੈ। ਪ੍ਰਦਰਸ਼ਨ ਕੀਤੇ ਗਏ, ਗਏ ਤੁਸੀਂ ਪੇਸ਼ੀ ਤੇ ਹੋ ਤੇ ਕਰ ਰਹੇ ਹੋ ਪ੍ਰਦਰਸ਼ਨ, ਇਹ ਕੀ ਲੱਗਦਾ ਜੀ ਤੁਹਾਨੂੰ? ਮੇਰਾ ਖਿਆਲ ਹੈ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਨਾ, ਉਹਨਾਂ ਦੀ ਜਿਹੜੀ ਲੀਡਰਸ਼ਿਪ ਇੱਕ ਪਰਿਵਾਰ ਦੇ ਆਲੇ ਦੁਆਲੇ ਇਹਨਾਂ ਨੇ ਬੁਣੀ ਆ, ਉਹ ਜਿਸ ਤਰ੍ਹਾਂ ਉਹਨਾਂ ਨੇ ਕੱਲ੍ਹ ਉੱਥੇ ਨਾਅਰੇ ਲੱਗ ਰਹੇ ਸੀ ਓਪਨ ਜੀਪ ਦੇ ਵਿੱਚ, ਕਿ ਪਹਿਲੀ ਗੱਲ ਤਾਂ ਮੈਨੂੰ ਇਹਨਾਂ ਦੀ ਸੋਚ ਦਾ ਨਹੀਂ ਪਤਾ ਵੀ ਕਿਹੜੀ ਸੋਚ ਆ ਜਿਹਤੇ ਇਹਨਾਂ ਨੇ ਪਹਿਰਾ ਦੇਣਾ, ਕਿ ਉਹ ਸੋਚ ਆ ਜਿਨ੍ਹਾਂ ਨੇ ਸਿੱਖ ਕੌਮ ਨੂੰ ਸਾਨੂੰ ਇੱਕ ਡੇਰੇ ਦੇ ਅੱਗੇ ਜਾ ਕੇ ਝੁਕਾ ਤਾ, ਕੀ ਇਹ ਉਹ ਸੋਚ ਤੇ ਪਹਿਰਾ ਦੇਣਾ ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਚਿਥੜੇ ਅੜਾਏ ਗਏ? ਕੀ ਇਹਨਾਂ ਨੇ ਉਸ ਸੋਚ ਤੇ ਪਹਿਰਾ ਦੇਣ ਦਾ ਕੱਲ੍ਹ ਪ੍ਰਗਟਾਵਾ ਕੀਤਾ ਕਿ ਅਸੀਂ ਪੰਜਾਬ ਦੀ ਨੌਜਵਾਨੀ ਦਾ ਕਤਲ ਕਰਕੇ ਅਸੀਂ ਉਹਦੇ ਤੇ ਮਾਣ ਕਰ ਰਹੇ ਹਾਂ? ਜੀ ਕੀ ਇਹਨਾਂ ਨੇ ਉਸ ਸੋਚ ਦੇ ਨਾਅਰੇ ਨੂੰ ਕਿਹਾ ਵੀ ਅਸੀਂ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਕਿ ਜਿਹਦੇ ਰਾਹੀਂ ਜਿੰਨਾ ਪੁਲਿਸ ਆਫੀਸਰਸ ਨੇ ਸਾਡੀ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਕੀਤਾ ਲੰਮੇ ਚਿਰ, ਉਹਨਾਂ ਨੂੰ ਨਵਾਜ ਕੇ ਨਵਾਜਣ ਵਾਲੀ ਸੋਚ ਤੇ ਪਹਿਰਾ ਦੇਣਗੇ? ਤੁਸੀਂ ਘੱਟੋ ਘੱਟ ਇੱਕ ਲੰਮਾ ਇਤਿਹਾਸ ਆ ਰਾਜਨੀਤੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਮੇਰਾ ਖਿਆਲ ਉਹਨਾਂ ਨੂੰ ਸੈਂਸਿਟੀਵਿਟੀ ਉਹਨਾਂ ਨਾਲੋਂ ਜ਼ਿਆਦਾ ਕਿਸੇ ਨੂੰ ਸਮਝ ਨਹੀਂ ਹੋ ਸਕਦੀ, ਪਰ ਜਿਸ ਤਰ੍ਹਾਂ ਉਹਨਾਂ ਨੇ ਕੱਲ੍ਹ ਇੱਕ ਸੈਂਸਿਟਿਵ ਕੇਸ ਦੀ ਪੇਸ਼ੀ ਰਾਹੀਂ ਆਪਣਾ ਇੱਕ ਪ੍ਰਗਟਾਵਾ ਨਿੱਜ ਦਾ ਕੀਤਾ ਹੈਗਾ, ਉਹ ਕਾਹਦਾ ਪ੍ਰਗਟਾਵਾ? ਕਿ ਸਿੱਖ ਕੌਮ ਦੇ ਜਿਹੜੇ ਈਵਨ ਜਥੇਦਾਰ ਸੀਗੇ ਉਹ ਇੱਕ ਡੇਰੇ ਅੱਗੇ ਝੁਕਾਤੇ, ਇਹ ਸੋਚ ਦਾ ਪ੍ਰਗਟਾਵਾ ਸੀ ਕੱਲ੍ਹ? ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਵੇਂ ਉੱਥੇ ਨਾਅਰੇ ਲੱਗੇ ਤੇ ਜਿਵੇਂ ਉਸ ਤੋਂ ਬਾਅਦ ਪ੍ਰਗਟਾਵੇ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੁਖਬੀਰ ਬਾਦਲ ਦੀ, ਉਹਨਾਂ ਦੀ ਸੋਚ ਨੇ ਹੀ ਇਹ ਦਖਾਂਤ ਜਿਹੜਾ 2015 'ਚ ਸਾਡੇ ਨਾਲ ਵਾਪਰਿਆ, ਜਿਹਦਾ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ, ਉਹ ਪਰਤ ਦਰ ਪਰਤ ਹੁਣ ਨੰਗਾ ਹੋ ਰਿਹਾ, ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਕਿ ਦੋ ਹਿੱਸਿਆਂ ਦੇ ਵਿੱਚ ਪਾੜ ਦਿੱਤੀ ਗਈ ਸੀ ਉਹ ਰਿਕਵਰ ਹੋਈ ਆ, ਉਹ ਰਿਕਵਰੀ ਲੁਕੋਈ ਗਈ ਆ ਆਵਾਮ ਅੱਗੋਂ, ਉਹਨੂੰ ਕਿਸ ਤਰ੍ਹਾਂ ਉਹਦਾ ਬਾਅਦ 'ਚ ਸੰਸਕਾਰ ਹੋਇਆ, ਉਹਦੇ 'ਤੇ ਪੂਰਾ ਪਰਦਾ ਪਾਇਆ ਗਿਆ, ਕਿਸ ਤਰ੍ਹਾਂ ਜਿਹੜੇ ਉਸ ਟਾਈਮ ਦੇ ਅਕਿਊਜ਼ ਜਿਹੜੇ ਇਮੀਡੀਏਟਲੀ ਸਾਹਮਣੇ ਆ ਗਏ ਸੀ, ਜਿਹੜੇ ਲਲਕਾਰ ਰਹੇ ਸੀ ਸਿੱਖ ਕੌਮ ਨੂੰ, ਉਹਨਾਂ ਨੂੰ ਇਹਨਾਂ ਨੇ ਸਟੇਟ ਪ੍ਰੋਟੈਕਸ਼ਨ ਦਿੱਤੀ, ਕਿਵੇਂ ਇਹਨਾਂ ਨੇ ਉਹਨਾਂ ਦੀ ਇੱਕ ਫੇਕ ਫਿਲਮ ਉਹਦੇ ਪੋਸਟਰਾਂ 'ਤੇ ਪੰਜਾਬ ਪੁਲਿਸ ਦੇ ਪਹਿਰੇ ਲਾਏ ਗਏ, ਕਿ ਇਸ ਸੋਚ 'ਤੇ ਇਹਨਾਂ ਨੇ ਪਹਿਰਾ ਦੇਣਾ? ਕਿ ਉਹ ਸੋਚ ਦਾ ਪ੍ਰਗਟਾਵਾ ਸੀ ਜਿਹਦੇ ਬਾਰੇ ਕਹਿ ਰਹੇ ਸੀ ਕਿ ਪਹਿਰਾ ਦੇਵਾਂਗੇ ਠੋਕ ਕੇ? ਇਹ ਜਿਹੜੀਆਂ ਪਿਰਤਾਂ ਖੁੱਲੀਆਂ ਨੇ 2015 'ਚ, ਇਹ ਸਾਡੀ ਲੰਮੇ ਚਿਰ ਦਾ ਸਿੱਖ ਕੌਮ ਦਾ ਦਖਾਂਤ ਸੀਗਾ, ਕਿ ਸਾਨੂੰ ਨਾ ਤਾਂ 84 ਵੇਲੇ ਇਸੇ ਲੀਡਰਸ਼ਿਪ ਕਰਕੇ ਸਾਨੂੰ ਇਨਸਾਫ਼ ਨਹੀਂ ਮਿਲਿਆ, ਸਾਡੇ ਜਿਹੜੇ ਜ਼ਖਮ ਨੇ ਅੱਜ ਵੀ ਰਿਸਦੇ ਨੇ, ਜਿਹੜੇ ਇਹ ਆਪਣੇ ਮੈਨੀਫੈਸਟੋਆਂ 'ਚ ਵਾਅਦੇ ਕਰਕੇ ਆਏ ਸੀ ਉਹਨਾਂ 'ਤੇ ਇਹਨਾਂ ਨੇ ਪੈਰ ਨਹੀਂ ਧਰਿਆ। ਚਾਹੇ 1967 'ਚ ਜਿਹੜਾ ਸਾਡਾ ਇੱਕ ਡਰੀਮ ਸੀ, ਜਿਹੜਾ ਮੁਕੰਮਲਤਾ ਵੱਲ ਲਿਜਾਇਆ ਜਾ ਸਕਦਾ ਸੀਗਾ ਆਰਟੀਕਲ 370 ਦੇ ਰਾਹੀਂ, ਇੱਕ ਸਾਨੂੰ ਖੁਦ ਮੁਖਤਿਆਰੀ, ਸਾਡਾ ਫਲੈਗ, ਸਾਡਾ ਕੰਸਟੀਟਿਊਸ਼ਨ, ਸਾਡੀ ਇੱਕ ਖੁਦ ਮੁਖਤਿਆਰ ਹੋਣ ਦਾ ਉੱਥੇ ਇੱਕ ਨਿਰਮਾਣ ਕੀਤਾ ਜਾ ਸਕਦਾ ਸੀ। ਉਸ ਸੋਚ ਨੂੰ ਜਿਨ੍ਹਾਂ ਨੇ ਰੋਲਿਆ, ਕਿ ਉਸ ਸੋਚ 'ਤੇ ਪਹਿਰਾ ਦੇਣਾ ਜਿਹੜੇ ਇਹਨਾਂ ਦੇ ਨਾਲ ਆਏ ਸੀ,